ਅਮਰੀਕਾ ਦੇ ਹਵਾਈ ਸੂਬੇ ਦੇ ਮੋਈ ਵਿੱਚ ਵੀਰਵਾਰ ਨੂੰ ਜੰਗਲ ਵਿੱਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 53 ਹੋ ਗਈ ਹੈ ਹਵਾਈ ਦੇ ਗਵਰਨਰ ਜੋਸ਼ ਨੇ ਇਹ ਜਾਣਕਾਰੀ ਦਿੱਤੀ ਗ੍ਰੀਨ ਨੇ ਦੱਸਿਆ ਅਸੀਂ ਹਵਾਈ ਵਿੱਚ ਇਸ ਪੀੜੀ ਦੀ ਸਭ ਤੋਂ ਵੱਡੀ ਕੁਦਰਤੀ ਆਫਤ ਬਾਰੇ ਗੱਲ ਕਰ ਰਹੇ ਹਾਂ ਅਤੇ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇਸ ਘਟਨਾ ਵਿੱਚ 53 ਲੋਕਾਂ ਦੀ ਜਾਨ ਚਲੀ ਗਈ ਹੈ ਉਹਨਾਂ ਨੇ ਖਦਸ਼ਾ ਜਤਾਇਆ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਬਚਾਰ ਟੀਮਾਂ ਵੱਲੋਂ ਤਲਾਸ਼ੀ ਮਿਹਮ ਅਜੇ ਜਾਰੀ ਹੈ ਗ੍ਰੀਨ ਨੇ ਕਿਹਾ ਕਿ ਅਝਾ ਲੱਗਦਾ ਹੈ ਕਿ 1000 ਤੋਂ ਵੱਧ ਢਾਂਚੇ ਤਬਾਹ ਹੋ ਗਏ ਨੇ ਦੱਖਣ ਤੋਂ ਲੰਘ ਰਹੇ ਦੌਰਾ ਤੂਫਾਨ ਕਾਰਨ ਜੰਗਲਾਂ 'ਚ ਲੱਗੀ ਅੱਗ ਭੜਕ ਗਈ ਜਿਸ ਕਾਰਨ ਕਈ ਘਰਾਂ ਸੜ ਗਈਆਂ ਅਤੇ ਕਈ ਇਤਿਹਾਸਕ ਇਮਾਰਤਾਂ ਮਲਵੇ ਦੇ ਢੇਰ ਵਿੱਚ ਤਬਦੀਲ ਹੋ ਗਈਆਂ ਮੋਈਦੇ ਮੇਅਰ ਦੇ ਨਾਲ ਪ੍ਰਭਾਵਿਤ ਕਸਬੇ ਦਾ ਦੌਰਾ ਕਰਨ ਤੋਂ ਬਾਅਦ ਗ੍ਰੀਨ ਨੇ ਕਿਹਾ ਕੁਝ અપਵਾਦਾਂ ਨੂੰ ਛੱਡ ਦੇਈਏ ਤਾਂ ਲਾਹੇਨਾ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਿਆ ਹੈ ਉੱਥੋਂ ਦੀ ਸਥਿਤੀ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਜਿਵੇਂ ਲੋਹੇਣਾ 'ਚ ਬੰਬ ਨਾਲ ਹਮਲਾ ਹੋਇਆ ਹੋਵੇ ਸੈਂਟਰ ਫੋਰ ਡਿਜ਼ਾਸਟਰ ਫਿਲਾਂਥਰੋਪੀ ਦੇ ਉਪਪਰਦਾਨ ਰੇਜ਼ੀਨ ਨੇ ਕਿਹਾ ਕਿ ਜਦੋਂ ਤੱਕ ਫਾਇਰਫਾਈਟਰਜ਼ ਆਪਣਾ ਕੰਮ ਪੂਰਾ ਨਹੀਂ ਕਰ ਲੈਂਦੇ ਉਦੋਂ ਤੱਕ ਲੋੜਾਂ ਦਾ ਪੂਰਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ ਇਤਿਹਾਸਕ ਸ਼ਹਿਰ ਲੋਹੇਨਾ ਦੀਆਂ ਮੌਜੂਦਾ ਤਸਵੀਰਾਂ ਉਥੋਂ ਦੇ ਵਿਨਾਸ਼ਕਾਰੀ ਹਾਲਾਤ ਨੂੰ ਦਰਸਾਉਂਦੀਆਂ ਹਨ ਹਵਾਈ ਵਿੱਚ ਐਮਰਜੈਂਸੀ ਅੰਬਲੇ ਪੀੜਤਾਂ ਨੂੰ ਬਚਾਉਣ ਅਤੇ ਜੰਗਲ ਦੀ ਅਗ ਤੇ ਕਾਬੂ ਪਾਉਣ ਦੇ ਲਈ ਕੰਮ ਕਰ ਰਹੇ ਨੇ ਅੱਗ ਇਸ ਹਫ਼ਤੇ ਮੌਇਦੇ ਕਈ ਹਿੱਸਿਆਂ ਵਿੱਚ ਫੈਲ ਗਈ ਵਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਜੋ ਵਾਈਡਨ ਨੇ ਗਵਰਨਰ ਗ੍ਰੀਨ ਨਾਲ ਫੋਨ 'ਤੇ ਗੱਲ ਕੀਤੀ ਅਤੇ ਘਟਨਾ 'ਚ ਜਾਨ ਮਾਲ ਦੇ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਇਸ ਤੋਂ ਪਹਿਲਾਂ ਵੀਰਵਾਰ ਨੂੰ ਵਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਨੇ ਰਾਜ ਦੇ ਵਿੱਚ ਆਫਤ ਕੋਸ਼ਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਨਾਲ ਸੰਗੀ ਸਹਾਇਤਾ ਲਈ ਰਾਹ ਸਾਫ ਹੋ ਗਿਆ ਹੈ ਰਾਸ਼ਟਰਪਤੀ ਜੋ ਵਾਈਡਨ ਨੇ ਕਿਹਾ ਕਿ ਉਹਨਾਂ ਨੇ ਹਰ ਸੰਭਵ ਮਦਦ ਦੇ ਆਦੇਸ਼ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਹਵਾਈ ਨੈਸ਼ਨਲ ਗਾਰਡ ਨੇ ਅੱਗ ਬੁਝਾਉਣ ਅਤੇ ਖੋਜ ਅਤੇ ਬਚਾਅ ਕਾਰਜਾਂ ਲਈ ਚੀਨੂ ਹੈਲੀਕਾਪਟਰ ਤਾਇਨਾਤ ਕੀਤੇ ਨੇ